ਅੱਜ ਜਿਹੜੀਆਂ ਚੋਣਾਂ ਹੋਈਆਂ ਸੀ ਸਾਡੀਆਂ ਕਾਰਪੋਰੇਸ਼ਨ ਦੀਆਂ ਔਰ ਮਿਊਨਿਸਪਲ ਕਮੇਟਰੀਆਂ ਉਹਨਾਂ ਦੀ ਅੱਜ ਗਿਣਤੀ ਹੋਈ ਹੈ ਔਰ ਪਹਿਨਾ ਤਾਂ ਮੈਂ ਸਾਰੇ ਪੰਜਾਬੀਆਂ ਦਾ ਬਹੁਤ ਧੰਨਵਾਦੀਆਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਐਨੇ ਹਿੰਮਤ ਨਾਲ ਐਨੇ ਪਿਆਰ ਨਾਲ ਤੁਸੀਂ ਕਾਂਗਰਸ ਪਾਰਟੀ ਦੀ ਸਪੋਰਟ ਕੀਤੀ ਹੈ ਜਿਹੜੇ ਅੱਜ ਰਿਜ਼ਲਟ ਆਏ ਨੇ ਮੇਰਾ ਖਿਆਲ ਕਦੇ ਵੀ ਪੰਜਾਬ ਅਜਿਹੇ ਰਿਜ਼ਲਟ ਪਹਿਲਾਂ ਨਹੀਂ ਆਏ ਕਿਸੇ ਪਾਰਟੀ ਨੂੰ ਵੀ ਇਹ ਇੱਕ ਬਹੁਤ ਥੋੜੀ ਹਿੰਮਤ ਹੈ ਦੇ ਦੇ ਕਰਕੇ ਤੁਸੀਂ ਬਾਹਰ ਨਿਕਲੇ ਔਰ ਸਾਡੀ ਪਾਰਟੀ ਨੂੰ ਸਪੋਰਟ ਕੀਤਾ ਔਰ ਇਸ ਦੇ ਨਾਲ ਹੀ ਮੈਂ ਧੰਨਵਾਦ ਧੰਵਾਦੀ ਹਾਂ ਸਾਡੇ ਪ੍ਰਧਾਨ ਜੀ ਦਾ ਸੁਨੀਲ 락ਰ ਜੀ ਦਾ ਜਿਨ੍ਹਾਂ ਦੀ ਪ੍ਰਧਾਨਗੀ ਹੇਠ ਸਾਰੇ ਸਾਡੇ ਐਮਐਲਏ ਸਹਿਬਾਨ ਕਾਂਗਰਸ ਪਾਰਟੀ ਦੇ ਸਾਡੇ ਅਰਧਦਾੜ ਸਹਿਬਾਨ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਰੇ ਆਪਣੇ ਡੀਸੀਸੀਜ਼ ਵਗੈਰਾ ਜਿਨ੍ਹਾਂ ਨੇ ਇਨੀ ਹਿੰਮਤ ਕਰਕੇ ਲੜਾਈ ਬੜੀ ਜ਼ਬਰਦਸਤ ਲੜੀ ਔਰ ਇਹ ਜਿਹੜੇ ਅੱਜ ਆંકੜੇ ਨੇ ਇਹ ਦਿਖਾਉਂਦੇ ਨੇ ਕਿ ਤੁਸੀਂ ਆਪਣੇ ਕਿਸ ਕਿਸਮ ਦਾ ਕੰਮ ਕੀਤਾ ਹੈ। ਤੋਂ ਸਾਰਿਆਂ ਨੂੰ ਪੰਜਾਬੀਆਂ ਨੂੰ ਔਰ ਕਾਂਗਰਸ ਪਾਰਟੀ ਦੇ ਸਾਰੇ ਵਰਕਰਾਂ ਨੂੰ ਔਰ ਲੀਡਰਸ਼ਿਪ ਨੂੰ ਮੇਰੇ ਦਿਨੋਂ ਬਹੁਤ-ਬਹੁਤ ਧੰਨਵਾਦ। ਕਾਫੀ ਆਪਣੇ ਡਿਵੈਲਪਮੈਂਟ ਦਾ ਆਪਣੇ ਸੂਬੇ 'ਚ ਪਿਛਲੇ 4 ਸਾਲਾਂ 'ਚ ਹੋ ਗਈ ਹੈ। ਇਹਦੇ باوجود ਕਿ ਅੱਧਾ ਸਾਲ ਤਾਂ ਕੋਵਿਡ ਨੇ ਸਾਡਾ ਖਤਮ ਕਰ ਦਿੱਤਾ। ਉਸ ਤੋਂ ਬਾਅਦ ਫਿਰ ਇਹ ਹੁਣ ਕਿਸਾਨੀ ਦਾ ਅੰਦੋਲਨ ਚੱਲ ਰਿਹਾ ਹੈ। ਐ ਦਿੱਲੀ ਦੀ ਸਰਕਾਰ ਮੰਨ ਨਹੀਂ ਰਹੀ ਤੇ ਜੋ ਸਾਡਾ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ। ਪਰ ਇਹਦੇ باوجود ਸਾਡੀ ਗੱਲ ਗਵਰਨਮੈਂਟ ਨੇ ਜਿੱਥੇ ਵੀ ਅਸੀਂ ਸ਼ਹਿਰਾਂ ਦੇ ਵਿੱਚ ਅਤੇ ਪਿੰਡਾਂ ਵਿੱਚ ਵੀ ਕੰਮ ਕਰ ਸਕਿਆ ਅਸੀਂ ਕੰਮ ਕੀਤਾ ਹੈ। ਔਰ ਮੈਂ ਤੁਹਾਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਅਗਲੇ ਸਾਲ ਵਿੱਚ ਜਿਹੜਾ ਅਧੂਰਾ ਰਹਿ ਗਿਆ ਇਸ ਇੱਕ ਪਿਛਲੇ ਸਾਲ ਦੀ ਕਾਟ ਕਰਕੇ ਉਹਨੂੰ ਅਸੀਂ ਪੂਰਾ ਕਰਾਂਗੇ ਤੁਹਾਡੇ ਡਿਵੈਲਪਮੈਂਟ ਜੀਡੀਬੀ ਇਸ਼ੂਜ਼ ਜੀਡੀਬੀ ਮਸਲੇ ਰਹਿੰਦੇ ਨੇ ਉਹਨਾਂ ਨੂੰ ਇੱਕ ਵਾਰ ਇੱਕ ਕਰਕੇ ਅਸੀਂ ਇਹਨਾਂ ਨੂੰ ਪੂਰਾ ਕਰਾਂਗੇ। ਪਿੰਡਾਂ ਵਿੱਚ ਵੀ ਔਰ ਆਪਣੇ ਸ਼ਹਿਰਾਂ ਵਿੱਚ ਵੀ ਤਾਂ ਕਿਸੇ ਨੂੰ ਮੰਨ ਮੰਨਚਣਾ ਰਹੇ ਕਿ ਆਹ ਕੰਮ ਹੋਣਾ ਸੀ ਇਹ ਰਹਿ ਗਿਆ ਹੈ ਨਹੀਂ ਰਹਿ ਗਿਆ ਕਿਉਂਕਿ ਇੱਕ ਸਾਲ ਹੀ ਸਾਡਾ ਮਰ ਗਿਆ ਇਸ ਕੰਮ ਵਿੱਚ ਤਾਂ ਮੈਂ ਤੁਹਾਨੂੰ ਭਰੋਸਾ ਦੇਣਾ ਇਸ ਵਾਸਤੇ ਵੀ ਚਾਹੁੰਦਾ ਔਰ ਇਹ ਲੜਾਈ ਸਾਡੀ ਹੁਣ ਇਸ ਸ਼ੁਰੂਆਤ ਹੋਈ ਹੈ ਸਾਡੀ ਅਗਲਾ ਅਸਲ ਪੰਜਾਬ ਦੇ ਭਵਿੱਖ ਦੀ ਲੜਾਈ ਆਉਣੀ ਹੈ ਅਗਲੇ ਸਾਲ ਆਉਣੀ ਹੈ ਸਾਲ ਵੀ ਨਹੀਂ ਰਿਹਾ ਉਹਦੇ ਵਾਸਤੇ ਤਾਂ ਇਹ ਅਸੀਂ ਡਿਵੈਲਪਮੈਂਟ ਸਾਰੇ ਕਰਕੇ ਤੁਹਾਡੇ ਕੋਲ ਆਵਾਂਗੇ ਔਰ ਮੈਂ ਆਸ ਕਰਦਾ ਹਾਂ ਕਿ ਜਿਸ ਤਰੀਕੇ ਨਾਲ ਤੁਸੀਂ ਪਿਆਰ ਹੁੰਦਿਤਾ ਹੈ ਕਾਂਗਰਸ ਪਾਰਟੀ ਨੂੰ 2022 ਦੇ ਵਿੱਚ ਵੀ ਜਦ ਅਸੈਂਬਲੀ ਦੇ ਚੋਣਾ ਹੋਣ ਗਿਆ اسی ਤਰੀਕੇ ਨਾਲ ਤੁਸੀਂ ਕਰੋਗੇ ਔਰ ਕਾਂਗਰਸ ਹਰ ਵੇਲੇ ਜਿਵੇਂ ਤੁਸੀਂ ਦੱਸਦੇ ਹੋ ਸੇ ਦੇਸ਼ ਦੀ ਔਰ ਆਪਣੇ ਅਧ ਸੂਬੇ ਦੀ ਸੇਵਾ ਕਰਦੇ ਆਈ ਹੈ ਔਰ ਅਹੀਂ ਕਰਦੇ ਰਹਿਾਂਗੇ